ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਬੱਚਿਓ ਅੱਜ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਲੀ ਰਚਨਾ ਮਿੱਠ ਬੋਲੜਾ ਜੀ ਹਰ ਸੱਜਣ ਪੜ੍ਹਾਂਗੇ ਇਹ ਸ਼ਬਦ ਪੰਜਾਬੀ ਦੀ ਪਾਠ ਪੁਸਤਕ ਸਹਿਤ ਮਾਲਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਿੱਠ ਬੋਲੜਾ ਜੀ ਹਰ ਸੱਜਣ ਸਰਲੇਖਿਤ ਦਰਜ ਹੈ ਇਹ ਸ਼ਬਦ ਦੇ ਰਾਹੀਂ ਗੁਰੂ ਜੀ ਨੇ ਮਾਲਕ ਪ੍ਰਭੂ ਦੇ ਗੁਣਾਂ ਦੀ ਵਡਿਆਈ ਗਾਈ ਹੈ ਮਿੱਠ ਬੋਲੜਾ ਜੀ ਹਾ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੀ ਨਾ ਬੋਲੇ ਕੌੜਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ हे ਭਾਈ ਮੇਰਾ ਮਾਲਕ ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ਮੈਂ ਚੇਤੇ ਕਰ ਕਰਕੇ ਥੱਕ ਗਈ ਹਾਂ ਕਿ ਉਸਦਾ ਕਦੇ ਕੌੜਾ ਬੋਲ ਬੋਲਿਆ ਹੋਇਆ ਯਾਦ ਆ ਜਾਵੇ ਪਰੋ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨਾ ਔਗਣ ਕੋਣਾ ਜਤਾਰੀ ਤੇ ਮੇਰਾ ਪਰਮਾਤਮਾ ਸਾਰੇ ਹੀ ਗੁਣਾ ਨਾਲ ਭਰਪੂਰ ਹੈ ਉਹ ਕੌੜਾ ਬੋਲ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਔਗਣ ਯਾਦ ਨਹੀਂ ਰੱਖਦਾ ਪਤਿਤ ਪਾਵਨ ਹਰ ਬਿਰਦ ਸਦਾਏ ਇਕ ਤਿਲ ਨਹੀਂ ਪੰਨਾ ਕਾਲਾ ਪਤਿਤ ਪਾਵਨ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਕਲ ਰਤਾ ਪਰਪੀ ਪੰਨਾ ਪਾ ਕੇ ਵਿਅਰਥ ਨਹੀਂ ਜਾਣ ਦਿੰਦਾ ਹਾਲੇ ਕੀਤੀ ਹੋਈ ਮਿਹਨਤ ਨੂੰ ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇ ਇਹ ਉਸ ਦਾ ਸੁਭਾਅ ਮੁੱਢਕਦੀਮਾ ਤੋਂ ਹੀ ਦੱਸਿਆ ਜਾਂਦਾ ਹੈ ਉਹ ਕਿਸੇ ਦੀ ਕੀਤੀ ਹੋਈ ਕਾਰ ਕਮਾਈ ਨੂੰ ਕੀਤੀ ਹੋਈ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੰਦਾ ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹਿੱਤੇ ਨੇਰੇ ਨੇੜੇ ਹੀ ਤੇ ਨਿਰਾਪਾ ਬਹੁਤ ਹੀ ਨੇੜੇ ਹੈ ਭਾਈ ਮੇਰਾ ਸੱਜਣ ਪ੍ਰਭੂ ਹਰ ਇੱਕ ਸਰੀਰ ਵਿੱਚ ਵਸਦਾ ਹੈ ਉਹ ਸਾਰੇ ਹੀ ਜੀਵਾਂ ਵਿੱਚ ਵਸਦਾ ਤੇ ਹਰ ਇੱਕ ਜੀਵ ਦੇ ਬਹੁਤ ਹੀ ਨੇੜੇ ਵਸਦਾ ਹੈ ਨਾਨਕ ਦਾ ਸਦਾ ਸਰਨਾਗਤ ਹਰ ਅਮਰਤ ਸੱਜਣ ਮੇਰਾ ਸਰਨਾਗਤ ਪਾਉ ਸ਼ਰਨ ਵਿੱਚ ਆਇਆ ਰਹਿੰਦਾ ਹੈ ਤੇ ਦਾਸ ਸਦਾ ਹੀ ਉਸ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ ਕਿਉਂਕਿ ਸੱਜਣ ਪ੍ਰਭੂ ਮੈਨੂੰ ਆਤਮਕ ਜੀਵਨ ਦੇਣ ਵਾਲਾ ਹੈ ਹਉਮ ਬੈਸੰ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੈਂ ਉਸ ਬਿਆੰਤ ਪਰਮਾਤਮਾ ਦਾ ਦਰਸ਼ਨ ਕਰਕੇ ਹੈਰਾਨ ਹੁੰਦੀ ਹਾਂ ਮੇਰਾ ਸੁੰਦਰ ਸੁਆਮੀ ਜੀ ਹਰ ਚਰਨ ਕਮਲ ਪਦ ਸ਼ਰਾ ਚਰਨ ਕਮਲ ਪਗ ਸ਼ਰਾ ਪਾਵ ਕੇਵਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਧੂੜ ਮੇਰਾ ਮਾਲਕ ਪ੍ਰਭੂ ਬਹੁਤ ਸੋਣਾ ਹੈ ਤੇ ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ ਪ੍ਰਭੂ ਪੇਖਤ ਜੀਵਾਂ ਠੰਡੀ ਠੇਵਾ ਤੇ ਜੇਵੜ ਅਵਰਨਾ ਕੋਈ ਮੈਂ ਆਪਣੇ ਪ੍ਰਭੂ ਪਰਮਾਤਮਾ ਦੇ ਜਦੋਂ ਦਰਸ਼ਨ ਕਰਦੀ ਹਾਂ ਤਾਂ ਮੇਰੇ ਅੰਦਰ ਚੰਦ ਪੈ ਜਾਂਦੀ ਹੈ ਤੇ ਮੈਨੂੰ ਸ਼ਾਂਤੀ ਆ ਜਾਂਦੀ ਹੈ ਪਾ ਮੈਂ ਸ਼ਾਂਤ ਚਤ ਹੋ ਜਾਂਦੀ ਹਾਂ ਮੇਰੇ ਲਈ ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਆਦ ਅੰਤ ਮਦ ਪ੍ਰਵਰਵਿਆ ਚਲ-ਖਲ ਮਈਲ ਸੋਈ ਉਹ ਪਰਮਾਤਮਾ ਸੰਸਾਰ ਦੇ ਆਰੰਭ ਵਿੱਚ ਵੀ ਸੀ ਪਾਉ ਸ਼ੁਰੂ ਵਿੱਚ ਵੀ ਸੀ ਸੰਸਾਰ ਦੇ ਅੰਤ ਵਿੱਚ ਵੀ ਉਹੀ ਹੋਵੇਗਾ ਤੇ ਇਸ ਵੇਲੇ ਵੀ ਉਹੀ ਹੈ ਪਾਣੀ ਵਿੱਚ ਵੀ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ ਸਭ ਥਾਈ ਉਹ ਵਸਦਾ ਹੈ ਚਰਨ ਕਮਲ ਜਪ 사ਗਰ ਤਰਿਆ ਭਵਜਲ ਉਤਰੇ ਪਾਰ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਜੀਵ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਨ ਅਤੇ ਇਸ ਤਰ੍ਹਾਂ अनेका ਹੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਆ ਰਿਹਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਪਾਰਾ ਵਾਰਾ ਏ ਪੂਰਨ ਪਰਮਾਤਮਾ ਇਸ ਲਈ ਮੈਂ ਤੇਰੀ ਸ਼ਰਨ ਵਿੱਚ ਆਇਆ ਹੋਇਆ ਹਾਂ ਮੈਂ ਤੇਰੀ ਹਸਤੀ ਦਾ ਪਾਰਾ ਵਾਰਾ ਪਾਉ ਕੇ ਔਰਲਾ ਤੇ ਪਰਲਾ ਬੰਨਣਾ ਨਹੀਂ ਲੱਭ ਸਕਦਾ ਨਾ ਹੀ ਤੇਰਾ ਅੰਤ ਪਾ ਸਰਦਾ ਮੇਟ ਬੋਲੜਾ ਜੀ ਹਰ ਸੱਜਣ ਸ਼ਬਦੇ ਰਾਹੀ ਗੁਰੂ ਜੀ ਨੇ ਆਪਣੇ ਮਾਲਕ ਪ੍ਰਭੂ ਦੀ ਸਿਫਤ ਕਰਦਿਆਂ ਹੋਇਆਂ ਕਿਹਾ ਹੈ ਕਿ ਉਸ ਪਰਮਾਤਮਾ ਦਾ ਸੁਭਾਅ ਬਹੁਤ ਮਿੱਠਾ ਹੈ ਉਹ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਸਭ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਉਹ ਪਰਮਾਤਮਾ ਹਰ ਥਾਂ ਤੇ ਮੌਜੂਦ ਰਹਿੰਦਾ ਹੈ ਤੇ ਉਸ ਦਾ ਧਿਆਨ ਤਰ ਕੇ ਮਨੋਕ ਸੰਸਾਰ ਰੂਪੀ ਸਮੁੰਦਰ ਨੂੰ ਤਰ ਜਾਂਦੀ ਹੈ ਧੰਨਵਾਦ